ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਕਵਿਤਾ ਦੀ ਹਾਜ਼ਰੀ ਇੰਜ ਪ੍ਰਵਾਨ ਕਰਨਾ ਜੀਓ। ਬਾਬੇ ਦੇਖਿਆ ਜਦੋਂ ਧਿਆਨ ਧਰ ਕੇ ਤੇ ਸਾਰੀ ਧਰਤ ਤੇ ਹਾਹਾਕਾਰ ਦਿਸੀ, ਧਰਮ ਉੱਡਿਆ ਅੰਬਰੀ ਖੰਭ ਲਾ ਕੇ ਤੇ ਦੁਨੀਆ ਤੜਫ ਦੀ ਕਰੀ ਪੁਕਾਰ ਦਿਸੀ, ਗਿਆਨੀ ਹਉਮੈ ਦੀ ਗਫਲਤ ਵਿੱਚ ਸੁੱਤੇ ਤੇ ਟੋਲੀ ਵੈਦਾਂ ਦੀ ਸਭ ਬਿਮਾਰ ਦਿਸੀ, ਤੁਰਿਆ ਜਗਤ ਜਲੰਦੇ ਨੂੰ ਤਾਰਨੇ ਲਈ, ਜਬਰ ਜ਼ੁਲਮ ਦੀ ਚੜੀ ਜਦ ਵਾਰ ਦੇਖੀ, ਜਬਰ ਜ਼ੁਲਮ ਦੀ ਚੜੀ ਜਦ ਵਾਰ ਦੇਖੀ। ਬਾਬਾ ਨਾਲ ਮਰਦਾਨੇ ਨੂੰ ਲੈ ਤੁਰਿਆ, ਬਾਬਾ ਨਾਲ ਮਰਦਾਨੇ ਨੂੰ ਲੈ ਤੁਰਿਆ, ਬਾਣੀ ਬੋਲਦਾ ਸੱਤ ਕਰਤਾਰ ਵਾਲੀ, ਸਿੱਧੀ ਠੱਗਾਂ ਦੇ ਦਿਲ ਤੇ ਵਾਰ ਕਰਕੇ, ਕਰਦੀ ਸੱਜਣ ਇਹ ਧੁਨ ਕਰਤਾਰ ਵਾਲੀ, ਰਾਕਸ਼ ਬਿਰਤੀਆਂ ਬਦਲ ਕੇ ਦੇਵ ਕੀਤੇ, ਲੱਗੀ ਮੋਰ ਜਾ ਸੱਚੀ ਸਰਕਾਰ ਵਾਲੀ, ਮੁਰਦੇ ਚਿਹਰਿਆਂ ਤੇ ਨਵਾਂ ਜਲਾਲ ਆਇਆ, ਲਿਸ਼ਕੀ ਆਤਮਾ ਨਵੀਂ ਨੁਹਾਰ ਵਾਲੀ, ਪੱਥਰ ਦਿਲਾਂ ਤੇ ਗੁਰੂ ਨੇ ਲਾ ਪੰਜਾ, ਪੱਥਰ ਦਿਲਾਂ ਤੇ ਗੁਰੂ ਨੇ ਲਾ ਪੰਜਾ, ਨਦੀ ਪ੍ਰੇਮ ਦੀ ਜੱਗ ਵਹਾ ਦਿੱਤੀ, ਮੱਕਾ ਫੇਰਿਆ ਖੁਦਾ ਦੀ ਜੋਤ ਹਰ ਥਾਂ, ਬਾਬੇ ਹਾਜੀਆਂ ਤਾਈਂ ਵਖਾ ਦਿੱਤੀ, ਕਿਤੇ ਸਵੇਰ ਬਗਦਾਦ ਜਾ ਕਰੀ ਗੋਸ਼ਟ, ਕਲਾ ਆਪਣੀ ਫੇਰ ਵਰਤਾ ਦਿੱਤੀ, ਸੱਤ ਆਕਾਸ਼ਾਂ ਪਤਾਲਾਂ ਤੋਂ ਜਾ ਅੱਗੇ ਸੱਚ ਖੰਡ ਦੀ ਝਲਕ ਪਵਾ ਦਿੱਤੀ, ਸੱਤ ਪਤਾਲਾਂ ਆਕਾਸ਼ਾਂ ਤੋਂ ਜਾ ਅੱਗੇ ਸੱਚ ਖੰਡ ਦੀ ਝਲਕ ਪਵਾ ਦਿੱਤੀ। ਲਾਸਟ ਬੰਦ ਦੇਖਣਾ ਜੀ, ਦੀਨ ਦੁਖੀ ਲਾਚਾਰ ਨਿਮਾਣਿਆਂ ਦੇ, ਦੀਨ ਦੁਖੀ ਲਾਚਾਰ ਨਿਮਾਣਿਆਂ ਦੇ, ਇੱਕ ਪਲ ਵਿੱਚ ਦੁਖੜੇ ਹਰੇ ਨਾਨਕ, ਕਰ ਨਿਗਾਹ ਸਵੱਲੀ ਜੋ ਮਿਹਰ ਵਾਲੀ, ਮਿੱਠੇ ਰੀਠਿਆਂ ਤਾਈ ਸੀ ਕਰੇ ਨਾਨਕ, ਸਿੱਧ ਜੋਗੀ ਪੀਰ ਤੇ ਵਲੀ ਆਖਣ, ਤੇਰੀ ਉਪਮਾ ਪਰੇ ਤੋਂ ਪਰੇ ਨਾਨਕ, ਕਾਹਦਾ ਸ਼ੰਕਾ ਕਰੇ ਰਣਜੀਤ ਸਿੰਘਾ, ਆਪੇ ਖੋਟਿਓ ਕਰਦਾ ਖਰੇ ਨਾਨਕ, ਕਾਹਦਾ ਸਹਿਸਾ ਕਰੇ ਰਣਜੀਤ ਸਿੰਘਾ, ਆਪੇ ਖੋਟਿਓ ਕਰਦਾ ਖਰੇ ਨਾਨਕ, ਆਪੇ ਖੋਟਿਓ ਕਰਦਾ ਖਰੇ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।